बच्चों अज असी थोड़े लिए लेके आए हाँ एक नवी कहानी अभिमानी दा अभिमान। तिलक नगर शहर विच एक राजा अपने राज महल च रहिंदा सी। तिलक नगर एक बहुत ही वड्डा ते खुशहाल राज सी। उत्थों दे राजे महाराज कुशल दा राज बड़ा ही विशाल अते धनवान राज सी। उत्थों दा एक मंत्री दंडबानी राज दा एक बड़ा ही महान ज्ञानी पंडित अते ज्योतिषी भी सी, जिस दी सलाह नू हमेशा मन्या जांदा सी। पर महाराज कुशल एक कमंडी राजा भी सी, जिदे कोलों लोग बड़ा ही डरते सी। एक दिन उना दी सभा विच कुछ किसान महाराज नू एक बेंती करन लई आए। दसो मैं तुहाडी की सेवा कर सकदा? महाराज इस वार पानी दी कमी करके साडी सारी फसल सुक गई है। साडे कोले आपदे बच्चियां नू खवाउण वास्ते एक अनाज दा दाणा नहीं है। असीं तुहाडे कोल मदद लई आए हां महाराज। ਤੁਹਾਡੀ ਮੁਸ਼ਕਿਲ ਮੈਂ ਚੰਗੀ ਤਰ੍ਹਾਂ ਸਮਝ ਗਿਆ। ਤੁਸੀਂ ਚਿੰਤਾ ਨਾ ਕਰੋ, ਦੁਬਾਰਾ ਫਸਲ ਉਗਾਉਣ ਦੇ ਵਿੱਚ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਤੁਹਾਡੇ ਬੱਚਿਆਂ ਦੇ ਲਈ ਰੋਟੀ ਦਾ ਵੀ ਬੰਦੋਬਸਤ ਅਸੀਂ ਕਰਾਂਗੇ। ਧੰਨਵਾਦ ਮਹਾਰਾਜ, ਬਹੁਤ ਬਹੁਤ ਧੰਨਵਾਦ। ਮਹਾਰਾਜ ਕੁਸ਼ਲ ਸੋਚ ਵਿੱਚ ਪੈ ਗਏ ਤੇ ਉਹਨਾਂ ਨੇ ਆਪਣੇ ਮੰਤਰੀ ਦੰਡਬਾਨੀ ਦੇ ਨਾਲ ਸਲਾਹ ਮਸ਼ਵਰਾ ਕਰਨ ਦਾ ਫੈਸਲਾ ਕੀਤਾ। ਦੰਡਬਾਨੀ ਜੀ, ਸਾਡੇ ਰਾਜ ਦੇ ਵਿੱਚ ਅਚਾਨਕ ਸੋਕਾ ਕਿਸ ਤਰ੍ਹਾਂ ਪੈ ਗਿਆ? ਮਹਾਰਾਜ, ਅਚਾਨਕ ਸੋਕਾ ਪੈਣਾ ਰਾਜ ਦੇ ਲਈ ਚੰਗੀ ਗੱਲ ਨਹੀਂ ਹੈ। ਇਹ ਤੁਹਾਡੇ ਲਈ ਇੱਕ ਚੰਗਾ ਸੰਕੇਤ ਹੈ ਮਹਾਰਾਜ। ਸੰਕੇਤ? ਕਿਸ ਤਰ੍ਹਾਂ ਦਾ ਸੰਕੇਤ? ਮਹਾਰਾਜ, ਇਹ ਇੱਕ ਇਸ਼ਾਰਾ ਹੈ ਕਿ ਤੁਹਾਨੂੰ ਆਪਣੇ ਰਾਜ ਦੇ ਵਿੱਚ ਸਹੀ ਟਾਈਮ ਤੇ ਕੋਈ ਖਬਰ ਨਹੀਂ ਦਿੱਤੀ ਜਾਂਦੀ। ਫਸਲ ਕਦੀ ਵੀ ਇੱਕ ਦਿਨ ਵਿੱਚ ਨਹੀਂ ਸੁੱਕਦੀ। ਕਿਸਾਨ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੋਊਗੀ, ਪਰ ਇਹ ਖਬਰ ਤੁਹਾਡੇ ਕੋਲ ਹੁਣ ਪਹੁੰਚੀ ਹੈ। ਏਦਾਂ ਮਤਲਬ ਤੁਹਾਡੀ ਪ੍ਰਜਾ ਨੂੰ ਤੁਹਾਡੇ ਕੋਲ ਸਹੀ ਟਾਈਮ ਤੇ ਆਉਣ ਨਹੀਂ ਦਿਆ ਜਾ ਰਿਹਾ। ਇਸ ਤਰ੍ਹਾਂ ਰਾਜ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਮੌਕੇ ਦਾ ਫਾਇਦਾ ਚੁੱਕਣ ਦੇ ਲਈ ਦੁਸ਼ਮਣ ਕਦੇ ਵੀ ਸਾਡੇ ਉੱਤੇ ਹਮਲਾ ਕਰ ਸਕਦਾ ਹੈ। ਬਸ ਇਹੀ ਗੱਲ। ਦੰਡਪਾਨੀ ਜੀ, ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਨੂੰ ਆਪਣਾ ਰਾਜ ਪਾਠ ਨਹੀਂ ਸੰਭਾਲਣਾ ਆਉਂਦਾ, ਕਿ ਮੈਂ ਆਪਣੇ ਪ੍ਰਜਾ ਦੇ ਲਈ ਕੁਝ ਵੀ ਨਹੀਂ ਕਰਦਾ? ਪੂਰਾ ਰਾਜ ਜਾਣਦਾ ਹੈ ਕਿ ਰਾਜਾ ਕੁਸ਼ਲ ਆਪਣੇ ਦੇਸ਼ ਆਪਣੀ ਪ੍ਰਜਾ ਦੇ ਲਈ ਕੁਝ ਵੀ ਕਰ ਸਕਦਾ ਹੈ। ਇਸ ਰਾਜ ਦੀ ਖੁਸ਼ਹਾਲੀ ਦੇ ਵਾਸਤੇ ਮੈਂ ਕੀ ਕੁਝ ਨਹੀਂ ਕੀਤਾ ਤੇ ਤੁਸੀਂ ਮੈਨੂੰ ਆਪਣਾ ਰਾਜ ਚਲਾਉਣ ਦਾ ਸਲੀਕਾ ਸਿਖਾਉਂਦੇ ਪਿਓ? ਨਹੀਂ ਮਹਾਰਾਜ, ਮੈਂ ਤੇ ਬਸ ਆਪਣੇ ਰਾਜ ਦੇ ਹਿੱਤ ਵਿੱਚ ਆਪਣੀ ਚਿੰਤਾ ਜਤਾਉਂਦਾ ਪਿਆ ਸੀ। ਸਾਡੇ ਰਾਜ ਉੱਤੇ ਵਰ੍ਹਿਆਂ ਤੋਂ ਕਿਸੇ ਨੇ ਵੀ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਸਾਰੇ ਮੇਰੀ ਵੀਰਤਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਮੇਰੀ ਕਾਬਲੀਅਤ ਅਤੇ ਇਸ ਰਾਜ ਦੀ ਸੁਰੱਖਿਆ ਉੱਤੇ ਅੱਜ ਤੋਂ ਪਹਿਲਾਂ ਇਹ ਸਵਾਲ ਕਦੀ ਨਹੀਂ ਚੁੱਕਿਆ ਗਿਆ। ਮਾੜੀ ਮੋਟੀ ਮੁਸੀਬਤ ਤੇ ਆਉਂਦੀ ਰਹਿੰਦੀ ਹੈ ਦੰਡਪਾਨੀ ਜੀ, ਇਹਦੇ ਵਿੱਚ ਚਿੰਤਾ ਦੀ ਕੋਈ ਗੱਲ ਨਹੀਂ ਹੈ। ਇਸ ਮੁਸੀਬਤ ਦਾ ਹੱਲ ਅਸੀਂ ਆਪ ਹੀ ਲੱਭ ਲਵਾਂਗੇ। ਇਸ ਸਭਾ ਨੂੰ ਹੁਣ ਤੁਹਾਡੀ ਕੋਈ ਲੋੜ ਨਹੀਂ ਹੈ। ਵਿਚਾਰੇ ਦੰਡਪਾਨੀ ਜੀ, ਉਹ ਤੇ ਬਸ ਮਹਾਰਾਜ ਨੂੰ ਸਹੀ ਸਲਾਹ ਹੀ ਦੇ ਰਹੇ ਸੀ, ਪਰ ਫਿਰ ਵੀ ਉਹਨਾਂ ਨੂੰ ਸਭਾ ਤੋਂ ਬਰਖਾਸਤ ਕਰ ਦਿੱਤਾ ਗਿਆ। ਦੰਡਬਾਨੀ ਜੀ ਰਾਜ ਮਹਿਲ ਨੂੰ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਆਪਣੇ ਪਿੰਡ ਵਾਪਸ ਚਲੇ ਗਏ। ਰਸਤੇ 'ਚ ਦੋ ਵਪਾਰੀਆਂ ਨੂੰ ਦੰਡਬਾਨੀ ਜੀ ਨੇ ਆਪਸ 'ਚ ਗੱਲ ਕਰਦੇ ਹੋਏ ਸੁਣਿਆ। ਅੱਜ ਕੱਲ ਵਪਾਰ ਦੇ ਵਿੱਚ ਬੜਾ ਹੀ ਘਾਟਾ ਹੁੰਦਾ ਪਿਆ ਹੈ, ਬਾਕੀ ਦੇਸ਼ਾਂ ਦੇ ਨਾਲ ਵਪਾਰ ਵੀ ਬੜਾ ਘਟ ਗਿਆ। ਗੱਲ ਤਾਂ ਤੇਰੀ ਠੀਕ ਹੈ ਭਾਈ, ਪਰ ਮਹਾਰਾਜ ਨੂੰ ਇਹ ਗੱਲ ਦੱਸੀਏ ਤੇ ਦੱਸੀਏ ਕਿਵੇਂ? ਇਹ ਗੱਲ ਸੁਣ ਕੇ ਦੰਡਬਾਨੀ ਜੀ ਬੜੇ ਦੁਖੀ ਹੋਏ। ਪਤਾ ਨਹੀਂ ਰਾਜ ਵਿੱਚ ਹੋਰ ਇਸ ਤਰ੍ਹਾਂ ਦੀਆਂ ਕਿੰਨੀਆਂ ਮੁਸੀਬਤਾਂ ਹੋਣਗੀਆਂ ਜਿਨ੍ਹਾਂ ਬਾਰੇ ਮਹਾਰਾਜ ਨੂੰ ਬਿਲਕੁਲ ਵੀ ਪਤਾ ਨਹੀਂ ਸੀ। ਸਾਰੇ ਲੋਕ ਮਹਾਰਾਜ ਤੋਂ ਡਰਦੇ ਸਨ। ਦੰਡਬਾਨੀ ਜੀ ਇਸੇ ਚਿੰਤਾ 'ਚ ਡੁੱਬ ਗਏ ਜਦ ਉਹਨਾਂ ਨੇ ਕੁਝ ਬੱਚਿਆਂ ਨੂੰ ਖੇਡਦੇ ਹੋਏ ਵੇਖਿਆ। ਮੈਂ ਅੱਜ ਤੱਕ ਆਪਣੇ ਰਾਜ ਦਾ ਇੰਨਾ ਬੁਰਾ ਹਾਲ ਕਦੇ ਨਹੀਂ ਵੇਖਿਆ। ਰੱਬ ਜਾਣੇ ਹੋਰ ਇੰਨੀਆਂ ਕਿੰਨੀਆਂ ਮੁਸੀਬਤਾਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ। ਰੱਬ ਜਾਣੇ ਹੁਣ ਕੀ ਹੋਊਗਾ। ਸੁਣੋ ਜੀ, ਤੁਸੀਂ ਤੇ ਮਹਾਰਾਜ ਨੂੰ ਆਪਣੇ ਵੱਲੋਂ ਸਹੀ ਸਲਾਹ ਦਿੱਤੀ ਸੀ, ਫਿਰ ਵੀ ਤੁਹਾਨੂੰ ਸਭਾ ਤੋਂ ਬਾਹਰ ਕੱਢ ਦਿੱਤਾ ਗਿਆ। ਮਹਾਰਾਜ ਆਪਣੇ ਮੰਤਰੀਆਂ ਤੋਂ ਸਲਾਹ ਤਾਂ ਲੈਂਦੇ ਨੇ, ਪਰ ਜਿਹਦੀ ਸਲਾਹ ਮਹਾਰਾਜ ਦੇ ਅਭਿਮਾਨ ਤੇ ਸ਼ਾਨ ਦੇ ਖਿਲਾਫ ਹੋਵੇ, ਮਹਾਰਾਜ ਉਹਨੂੰ ਸਜ਼ਾ ਦੇ ਕੇ ਬਾਹਰ ਕੱਢ ਦਿੰਦੇ ਨੇ। ਇਹੋ ਜਿਹੇ ਹਾਲਾਤ ਵਿੱਚ ਕੋਈ ਵੀ ਇਨਸਾਨ ਮਹਾਰਾਜ ਨੂੰ ਆਪਣਾ ਦੁੱਖ ਕਿਵੇਂ ਦੱਸੇਗਾ? ਅਤੇ ਜਦੋਂ ਪ੍ਰਜਾ ਹੀ ਰਾਜਾ ਕੋਲੋਂ ਡਰਦੀ ਹੋਵੇ ਤਾਂ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਦਾ। ਤੂੰ ਠੀਕ ਕਹਿ ਰਹੀ ਭਗਵਾਨੇ, ਪਰ ਸਾਨੂੰ ਕੁਛ ਤੇ ਕਰਨਾ ਪਊਗਾ, ਨਹੀਂ ਤੇ ਦੇਸ਼ ਦੀ ਹਾਲਤ ਹੋਰ ਜ਼ਿਆਦਾ ਵਿਗੜ ਜਾਊਗੀ। ਇਹ ਕਹਿੰਦੇ ਹੋਏ ਦੰਡਬਾਨੀ ਜੀ ਸੋਚ 'ਚ ਪੈ ਗਏ ਤੇ ਇੱਕ ਲੰਬੀ ਸੈਰ ਤੇ ਨਿਕਲ ਗਏ ਆਪਣੇ ਦੇਸ਼ ਦੇ ਹਾਲਾਤ ਵੇਖਣ ਦੇ ਲਈ। ਸੈਰ ਕਰਦੇ ਕਰਦੇ ਦੰਡਬਾਨੀ ਜੀ ਕੁਝ ਸੋਚਣ ਲੱਗ ਪਏ ਤੇ ਖਿਆਲਾਂ ਵਿੱਚ ਗੁਆਚ ਗਏ ਕਿ ਅਚਾਨਕ ਇੱਕ ਗੇਂਦ ਉਹਨਾਂ ਦੇ ਕੋਲ ਆ ਕੇ ਡਿੱਗ ਪਈ। ਉਹਨਾਂ ਨੇ ਗੇਂਦ ਨੂੰ ਚੁੱਕਿਆ ਤੇ ਹੱਸਦੇ ਹੱਸਦੇ ਉਸ ਗੇਂਦ ਨੂੰ ਖੇਡ ਰਹੇ ਬੱਚਿਆਂ ਵੱਲ ਸੁੱਟ ਦਿੱਤਾ। ਬੱਚਿਆਂ ਨੂੰ ਖੇਡਦੇ ਵੇਖ ਕੇ ਦੰਡਬਾਨੀ ਜੀ ਨੂੰ ਇੱਕ ਤਰਕੀਬ ਸੋਚੀ ਅਤੇ ਉਹਨਾਂ ਨੇ ਮਹਾਰਾਜ ਦਾ ਅਭਿਮਾਨ ਤੋੜਨ ਲਈ ਇੱਕ ਖੇਡ ਰਚਨ ਦੀ ਸੋਚੀ। ਮਹਾਰਾਜ ਨੂੰ ਪ੍ਰਜਾ ਦੀ ਸਮੱਸਿਆ ਸਮਝਾਉਣ ਦੇ ਲਈ ਪਹਿਲਾਂ ਉਹਨਾਂ ਦਾ ਇਮਾਨ ਤੋੜਨਾ ਪਊਗਾ। ਜਦੋਂ ਤੱਕ ਮਹਾਰਾਜ ਦਾ ਇਮਾਨ ਨਹੀਂ ਟੁੱਟਦਾ, ਉਹ ਸੱਚਾਈ ਨੂੰ ਨਹੀਂ ਵੇਖ ਸਕਣਗੇ।
इस तो पहला की होर देर हो जावे मैनू कुछ होर करना ही पौगा। उसे रात दंडबानी जी अपने खास मित्र मंत्री अशोक नु मिलन गए अते ओना ने कहा, अशोक जी एक गल ता तुसी जानदे होणगे कि देश दी हालत किन्नी माड़ी आ, एक गल सानू महाराज नु दसनी पौगी। तुहाडी गल बिलकुल सही है दंडबानी जी, पर ए खबर महाराज नु दऊगा कौन? महाराज दा अभिमान ए मनन लई तैयार ही नहीं कि देश च किन्नीआं समस्यावां वध गईआं ने। ओना नु लगदा है कि अपना राज अजे भी पहला दी तरह वध फुल रिहा है। मेरे कोल इस समस्या दा हल है। दंडबानी जी ने अशोक दे कोल जाके ओना दे कन विच उपा दस्या अते अशोक जी ने ओना दा साथ देण दा फैसला कर लिया। हुण बस एही एक रास्ता बचिया है। अशोक जी ने अद्धी रात नू कुछ सैनिकां नू महाराज दे कमरे विच भेज दिता। मेरे निंदर खराब करण दा नतीजा तैनू पता है सैनिक, की गल है? माफी चाहंदा महाराज, पर साडे राज दे उत्ते दुश्मनां ने हमला कर दिता है ते साडे कुछ पिंडां ते उत्ते कब्जा भी कर लिया है महाराज। की कुशल नाल टक्कर लैण दी गुस्ताखी किसने कीती? सैनिक ऐसे वेले राजकोष दी सुरक्षा दे विच लग जाओ ते बाकी सैना नू कह दियो कि ओ युद्ध लई तैयार हो जान। माफी चाहुंदा महाराज, पर राजकोष बिल्कुल खाली हो चुका है, असी सुरक्षा करिए तो किस दी करिए? की ए कदों होया, किवें होया सैनिक? महाराज कई सालों तो खेतां दे विच सोका पैन करके अनाज उग्या ही नहीं ते व्यापार विच ही बड़ा घाटा हुंदा पिया है। राज चलाउण दे लई हौली हौली तुसी अपनी सारी जायदाद खर्च कर दित्ती आ, हुण कुछ नहीं बचिया। ऐ खबर किसी ने मैनू पहला क्यों नहीं दित्ती? सारे ही थोड़े कोलों डरदे ने महाराज, दंडपानी जी ने भी थोनू सलाह देने की कोशिश की सी, पर ओह की करदे, तुसी तां उहनां नू राजसभा तों बरखास्त ही कर दित्ता। ਇਹ ਗੱਲ ਸੁਣ ਕੇ ਮਹਾਰਾਜ ਬੜੇ ਹੀ ਦੁਖੀ ਹੋ ਉੱਠੇ ਅਤੇ ਉਹਨਾਂ ਨੂੰ ਆਪਣੇ ਫੈਸਲੇ ਤੇ ਪਛਤਾਵਾ ਹੋਣ ਲੱਗਾ। ਸਾਰੀ ਗਲਤੀ ਮੇਰੀ ਹੀ ਹੈ, ਜੇ ਮੈਂ ਆਪਣੀ ਪ੍ਰਜਾ ਅਤੇ ਮੰਤਰੀਆਂ ਦੀ ਗੱਲ ਪਹਿਲਾਂ ਹੀ ਸੁਣ ਲਈ ਹੁੰਦੀ ਤੇ ਅੱਜ ਇਹ ਦਿਨ ਨਹੀਂ ਵੇਖਣਾ ਪੈਂਦਾ। ਇਹ ਗੱਲ ਸੁਣਦੇ ਹੀ ਮੰਤਰੀ ਅਸ਼ੋਕ ਅਤੇ ਦੰਡਬਾਨੀ ਜੀ ਮਹਾਰਾਜ ਦੇ ਕਮਰੇ ਵਿੱਚ ਆ ਗਏ। ਦੰਡਬਾਨੀ ਜੀ ਚੰਗਾ ਹੋਇਆ ਤੁਸੀਂ ਆ ਗਏ, ਮੈਨੂੰ ਮਾਫ਼ ਕਰ ਦਿਓ, मेरे अभिमान ने मेरे नाल नाल मेरी प्रजा नु भी बड़ा नुकसान पहुंचाया है। चिंता ना करो महाराज, साडे ऊपर दुश्मन देश ने हमला नहीं कीता है ते राजकोष भी अजे पूरी तरह खाली नहीं होया। माफी चाहुंदा महाराज, सानू थोड़े नाल एक नाटक खेडना पिया, थोड़े गुस्से करके प्रजा थोड़े कोलो डरदी है ते अपनियां तकलीफां थानू दस नहीं पा रही आ, जो साडे राज दे लई बड़ा ही हानिकारक महाराज, ਇਸਲਈ ਸਾਨੂੰ ਤੁਹਾਡੇ ਕੋਲੋਂ ਝੂਠ ਬੋਲਣਾ ਪਿਆ ਮਹਾਰਾਜ। ਇਹ ਸੁਣ ਕੇ ਮਹਾਰਾਜ ਖੁਸ਼ ਹੋ ਗਏ। ਅੱਜ ਤੋਂ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਆਪਣੇ ਅਭਿਮਾਨ ਨੂੰ ਛੱਡ ਦਵਾਂਗਾ, ਆਪਣੀ ਪ੍ਰਜਾ ਅਤੇ ਮੰਤਰੀਆਂ ਦੀ ਗੱਲ ਧਿਆਨ ਨਾਲ ਸੁਣਾਂਗਾ। ਮੇਰੀ ਅੱਖਾਂ ਖੋਲਣ ਦੇ ਲਈ ਧੰਨਵਾਦ ਦੰਡਪਾਨੀ ਜੀ। ਤੇ ਹੁਣ ਮਹਾਰਾਜ ਕੁਸ਼ਲ ਨੇ ਆਪਣਾ ਅਭਿਮਾਨ ਛੱਡ ਕੇ ਆਪਣੇ ਰਾਜ ਦੇ ਹਿੱਤ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। प्रजा हुण उना कोलो डरदी नहीं सी, बल्कि उना दी होर इज्जत करन लग पई। देश दियां सारियां समस्यावां हुण हल होण लग पईआं।